ਚੱਲਣੀ ਹੈ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕਮ। ਉਹ ਕੀ ਹਾਲ ਨੇ ਮਸੇਰੋ, ਹੋਰ ਸੁਣਾਓ ਠੀਕ ਨੇ? ਤੇ ਤੁਸੀਂ ਵੇਖਦੇ ਪਏ ਨੇ ਸਾਡਾ YouTube ਚੈਨਲ ਜ਼ਹੂਰ ਅਹਿਮਦ ਵਲੌਗ। ਤੇ ਆਹ ਜਨਾਬ ਮੇਰਾ ਛੋਟਾ ਭਰਾ ਜਿਹੜਾ ਮੇਰੇ ਤੋਂ ਛੋਟਾ ਹੁੰਦਾ ਆਰਮੀ ਦੇ ਵਿੱਚ, ਤੁਹਾਨੂੰ ਕਿਹਾ ਸੀ ਵੀ ਅਸੀਂ ਤੀਸਰਾ ਬੰਦਾ ਤੁਹਾਨੂੰ ਵਿਖਾਉਣਾ, ਅਤੇ ਅੱਜ ਤੁਹਾਨੂੰ ਵਿਖਾ, ਤੁਸੀਂ ਇਹਨੂੰ ਇੱਕ ਵਾਰੀ ਪਹਿਚਾਣ ਲਓ ਕਿ ਹੋ ਸਕਦਾ ਕਿ ਖੜੀ ਖੜੂ ਜਾਵੇ ਜਨਾਬ, ਹੁਣ ਲੱਭਣਾ ਵੀ ਪੈ ਜਾਂਦਾ। ਅਤੇ ਵੇਖੋ ਆਰਮੀ ਵਾਲੇ ਇੱਦਾਂ ਦੇ ਆਰਮੀ ਵਾਲੇ ਵੈਸੇ ਹੁੰਦੇ ਹਨ, ਮੈਂ ਤਾਂ ਪਹਿਲੀ ਵਾਰ ਵੇਖ ਕੇ ਹੈਰਾਨ ਵੀ ਇੱਦਾਂ ਦੇ ਵੀ ਆਰਮੀ ਵਾਲੇ ਹੁੰਦੇ ਹਨ। ਅਤੇ ਜਨਾਬ ਸੁਬਹ ਸੁਬਹ ਦਾ ਮੌਸਮ ਹੈ, ਸੂਰਜ ਤਾਂ ਨਿਕਲਿਆ ਲੇਕਿਨ ਨਾ ਬੱਦਲ ਬਹੁਤ ਛਾਏ ਹੋਣ, ਅਤੇ ਉਸ ਤੋਂ ਬਾਅਦ ਬੜਾ ਪਿਆਰਾ ਸੀਨ ਬਣਿਆ ਹੋਇਆ। ਬਾਰਿਸ਼ ਦੀ ਆਮਦ ਇੱਦਾਂ ਸਮਝੋ ਕਿ ਬਾਰਿਸ਼ ਆਉਣ ਵਾਲੀ ਹੈ, ਬਸ ਕਿਸੇ ਟਾਈਮ ਹੀ ਆ ਸਕਦੀ ਹੈ। ਅਤੇ ਅਸੀਂ ਹੁਣ ਚੱਲੇ ਹਾਂ ਮਸੇਰੋ ਪੱਠੇ ਵੱਢਣ, ਅਤੇ ਤੁਸੀਂ ਕਿੱਥੇ ਕਿੱਥੇ ਦੇ ਰਹਿਣ ਵਾਲੇ ਨੇ ਅਤੇ ਤੁਹਾਡੇ ਇਸ ਟਾਈਮ ਕੀ ਹਾਲ ਹੈ? ਉਮੀਦ ਕਰਦੇ ਹਾਂ ਤੁਸੀਂ ਠੀਕ ਹੀ ਹੋਵੋਗੇ, ਅਤੇ ਕਮੈਂਟ ਸੈਕਸ਼ਨ ਦੇ ਵਿੱਚ ਲਾਜ਼ਮੀ ਦੱਸਿਆ ਕਰੋ। ਅਤੇ ਅਸੀਂ ਨਾ ਇਹ ਸੋਚ ਰਿਹਾ ਸੀ ਕਿ ਜਿਹੜੇ ਹੈ ਨਾ ਸਾਡੇ ਵੀਵਰ, ਉਹਨਾਂ 'ਤੇ ਸਾਡੀ ਆਵਾਜ਼ ਜਿਹੜੀ ਹੈ ਨਾ ਉਹ ਮਤਲਬ ਕਿ ਸਹੀ ਤਰੀਕੇ ਨਹੀਂ ਪਹੁੰਚ ਰਹੀ ਹੈ, ਕਿਉਂਕਿ ਸਾਡੇ ਕੋਲ ਨਾ ਮਾਈਕ ਵਾਲਾ ਸਿਸਟਮ ਨਹੀਂ ਹੈ। ਅਸੀਂ ਡਾਇਰੈਕਟ ਮੋਬਾਈਲ ਦੇ ਥਰੂ ਜਿਹੜੀ ਵਾਇਸ ਹੈ ਉਹ ਰਿਕਾਰਡ ਕਰਦੇ ਹਾਂ। ਅਤੇ ਮਸੇਰੋ ਮੈਂ ਸੋਚਿਆ ਕਿ ਜਿਹੜਾ ਮਾਈਕ ਹੈ ਨਾ ਉਹ ਮੈਂ ਲੈ ਤਾਂ ਆਉਂਦਾ ਹੈ, ਲੇਕਿਨ ਉਹਨੂੰ ਮਾਲੀ ਤੱਕ ਇਸਤੇਮਾਲ ਨਹੀਂ ਕੀਤਾ। ਕਿਉਂ? ਉਹ ਜਿਹੜੀ ਮੇਰੀ ਆਵਾਜ਼ ਹੈ ਨਾ ਉਹ ਰਿਕਾਰਡ ਕਰ ਰਿਹਾ, ਅਤੇ ਮੈਂ ਸੋਚਿਆ ਕਿ ਕੁਛ ਨਵਾਂ ਜੁਗਾੜਾ ਲਾਇਆ ਜਾਵੇ, ਜਿਹੜਾ ਨਾ ਮੇਰੀ ਆਵਾਜ਼ ਉਹ ਰਿਕਾਰਡ ਹੋ ਜਾਵੇ ਮੋਬਾਈਲ ਦੇ ਵਿੱਚ। ਅਤੇ ਮਸੇਰੋ ਮੈਂ ਇੱਕ ਐਪਲੀਕੇਸ਼ਨ ਜਿਹੜੀ ਹੈ ਨਾ ਉਹ ਡਾਊਨਲੋਡ ਕੀਤੀ, ਅਤੇ ਮੈਂ ਉਹ ਮਾਈਕਰੋਫੋਨ ਜਿਹੜਾ ਹੁੰਦਾ ਉਹਨੂੰ ਉਹ ਇੱਥੇ ਬਟਨ ਜਿਹੜੇ ਕਰਕੇ ਲਾਈਵ ਵਧੇ ਹੁੰਦੇ ਆ, ਉਹਦੇ 'ਚ ਆਵਾਜ਼ ਜਿਹੜੀ ਰਿਕਾਰਡ ਹੁੰਦੀ ਹੈ। ਅਤੇ ਉਹ ਮਸੇਰੋ ਮੈਂ ਜਿਸ ਟਾਈਮ ਉਹਦੇ ਨਾਲ ਨਾ ਇੱਕ ਐਪਲੀਕੇਸ਼ਨ ਜਿਹੜੀ ਹੁੰਦੀ ਹੈ ਉਹਦੇ ਨਾਲ ਓਪਨ ਕੈਮਰਾ ਕੋਈ ਇੱਦਾਂ ਕਰਕੇ ਹੁੰਦਾ ਨਾ ਉਹਦੇ ਨਾਲ ਕੀਤੀ, ਤਾਂ ਮਸੇਰੋ ਜਿਹੜਾ ਇੱਥੇ ਤਾਂ ਬੜਾ ਚਿੱਟਾ ਨਜ਼ਰ ਆਉਂਦਾ ਪਿਆ, ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਮੈਂ ਕਾਲਾ ਦੂੰ ਨਜ਼ਰ ਆਉਣ ਲੱਗ ਗਿਆ। ਮੈਂ ਤਾਂ ਉਸ ਟਾਈਮ ਦੇ ਲਈ ਛੱਡਤਾ ਵੀ ਐਡਾ ਕਾਲਾ ਮਸੇਰਾ ਤਾਂ ਮੈਨੂੰ ਵੇਖਣਾ ਹੀ ਕੋਈ ਨਹੀਂ, ਉਹਨਾਂ ਆਖਣਾ ਬਈ ਇਹ ਕਿੱਡੀ ਏਡੂ ਕਾਲੀ ਬਲਾਂ ਆ ਗਈ ਹੈ। ਅਤੇ ਮੈਂ ਨਾ ਉਹਦੇ ਨਾਲ ਵੀਡੀਓ ਰਿਕਾਰਡ ਕਰਨੀ ਛੱਡ ਦਿੱਤੀ। ਅਤੇ ਮਸੇਰੋ ਮੇਰੀ ਕੋਸ਼ਿਸ਼ ਇਹ ਹੈ ਕਿ ਜਿਹੜੀ ਅਗਲੀ ਵੀਡੀਓ ਹੈ ਨਾ ਅਗਲੀ ਵੀਡੀਓ ਉਹ ਮੈਂ ਉਸ ਮਾਈਕਰੋਫੋਨ ਦੇ ਨਾਲ ਰਿਕਾਰਡ ਕਰਨੀ। ਤੇ ਆਹ ਮੇਰੀ ਨਿੱਕਾ ਵਿਰਾ ਇੱਕ ਸੁਗਾਤ ਇਹਦੇ ਲੱਗੀ ਹੋਈ ਨਾ, ਆਹ ਲੱਗੀ ਵਧੀ ਨੇ, ਬਾਕੀ ਸੁਗਾਤ ਇੱਕ ਤੁਹਾਨੂੰ ਵੀ ਫਾ ਸਕਦੀ ਹੈ। ਤੇ ਮੈਂ ਮੁੜ ਵੱਡੀ ਸੁਗਾਤ ਇਹ ਉਸ ਮਸੇਰੋ ਮੈਂ ਉਡਾ ਗਈ ਆਪਣੀਆਂ ਪਹਿਲੀਆਂ ਦੇ ਵਿੱਚ, ਆ ਤੁਸੀਂ ਵੇਖ ਸਕਦੇ ਨੇ ਇੱਥੋਂ ਅਸੀਂ ਆਏ ਅੱਜ ਪੱਠੇ ਵੱਢਣ, ਤੰਮੀ ਨਾਲ ਕਰਦੇ ਉਠਾ ਕੇ ਵਿੱਚ ਗਲਿਆ ਕਿ ਜਾ ਪੱਠੇ ਵਾੜ ਲਿਆ, ਉਹ ਵੀ ਨਹੀਂ ਸਵਣ ਦਿੰਦੇ, ਉਹਨਾਂ ਨੂੰ ਟਿਕਾਉਣ ਨਹੀਂ ਆਉਂਦਾ। ਤੁਹਾਨੂੰ ਪਤਾ ਕਿ ਜਿਹੜੇ ਜੱਟ ਭਰਾ ਹੁੰਦੇ ਨਾ ਜੱਟ ਭਰਾ ਉਹ ਜਿੱਤਾਂ ਤੇ ਕਰ ਦੋ ਮੱਝਾਂ ਨਾ ਰੱਖਣ, ਤੇ ਸੁਬਾਹ ਨੂੰ ਉੱਠ ਕੇ ਉਹਨਾਂ ਦੀਆਂ ਫੋਸੀਆਂ ਨਾ ਚਾਵਣ, ਪੱਠੇ ਨਾ ਵੱਢਣ, ਉਹਨਾਂ ਨੂੰ ਤਾਂ ਅੱਲਾ ਦੇ ਬੰਦੇ ਨੀਂਦ ਹੀ ਨਹੀਂ ਆਉਂਦੀ ਹੈ। ਉਹ ਤਾਂ ਸਾਰੀ ਰਾਤ ਹੀ ਸੋਚਦੇ ਰਹਿੰਦੇ ਵੀ ਉਹ ਪਤਾ ਨਹੀਂ ਸਾਡੀ ਫਲਾਣੀ ਮਾਜ ਪੱਠੇ ਵੀ ਖਾਧਣ ਕਿ ਨਹੀਂ, ਉਹ ਕੱਟਾ ਹਾ ਉਹਨੂੰ ਪਾਣੀ ਵੀ ਪਿਵਾਇਆ ਕਿ ਨਹੀਂ ਪਿਵਾਇਆ। ਮਸੇਰੋ ਇੱਦਾਂ ਦੀਆਂ ਜਿਹੜੀਆਂ ਨਾ ਚੀਜ਼ਾਂ ਉਹ ਚੱਲਦੀਆਂ ਰਹਿੰਦੀਆਂ। ਤੇ ਮਸੇਰੋ ਤੁਹਾਨੂੰ ਲੈ ਜਾਂਦਾ ਹੁਣ ਮੈਂ ਆਪ ਵੀ, ਉਹ ਜਿਹੜੇ 40 ਕਿੱਲੇ ਹਨ 40 ਕਿੱਲੇ ਲਗਾਉਣਾ ਤੁਸੀਂ ਸੁਣਿਆ ਠੇਕੇ ਤੇ ਚੜਿਆ, ਉਹ ਕੁਛ ਅਸੀਂ ਠੇਕੇ ਚੜੇ ਕੁਛ ਅਸੀਂ ਆਪ ਗਿੜਦੇ ਹਾਂ ਤੁਹਾਨੂੰ ਵਿਖਾਉਂਦੇ ਹਾਂ। ਉਹ ਪਿੱਛੇ ਸਾਡਾ ਪਿੰਡ ਵੱਲੋਂ ਹੁਣ 187 ਤੁਸੀਂ ਸੁਣਿਆ ਹੀ ਹੋਣਾ, ਜੇ ਨਹੀਂ ਸੁਣਿਆ ਤਾਂ ਹੁਣ ਮੇਰੇ ਕੋਲ ਸੁਣ ਲਓ। ਤੇ ਤੁਹਾਨੂੰ ਪਤਾ ਆਹ ਹੋਰ ਹਥਿਆਰ ਵੀ ਖਾਵਣ, ਇਸ ਹਥਿਆਰ ਨਾਲ ਪੱਠੇ ਵੱਢੀ ਦੇਣ, ਇਹਦਾ ਨਾਂ ਕੀ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਲਾਜ਼ਮੀ ਦੱਸਣਾ, ਠੀਕ ਹੈ? ਤੇ ਉੱਚਾ ਬੋਲ ਯਾਰ, ਉਹ ਇਹ ਸ਼ਰਮਾਉਂਦੇ ਹੀ ਉਹ ਮਸੇਰੋ, ਇਹ ਬੜੇ ਸ਼ਰਮਾਉਂਦੇ ਰਹਿੰਦੇ ਨੇ ਵੀਡੀਓ ਦੇ ਵਿੱਚ ਆਉਣ ਵਾਸਤੇ। ਮੈਂ ਇਹਨਾਂ ਨੂੰ ਆਖਿਆ ਇਹ ਤਾਂ ਥੋੜ੍ਹਾ ਬਹੁਤ ਇਹਦਾ ਕੌਨਫੀਡੈਂਸ ਮੈਂ ਕ੍ਰੀਏਟ ਕੀਤਾ ਕਿ ਦੀਆ ਵੀਡੀਓ 'ਚ ਆਇਆ ਕਰੋ, ਅਤੇ ਬੜੇ ਬੰਦੇ ਤੁਹਾਨੂੰ ਲਾਈਕ ਕਰ ਸਣਗੇ। ਅਤੇ ਮਸੇਰੋ ਹੁਣ ਅਸੀਂ ਚੱਲੇ ਹਾਂ ਆਪਣੀ ਜ਼ਮੀਨ ਦੇ ਵਿੱਚ ਪੱਠੇ ਵੱਢਣ, ਅਤੇ ਜਨਾਬ ਹੈ ਨਾਲ ਹੀ ਕਮਾਂਦ ਵੀ ਅਸੀਂ ਕੱਢਿਆ ਹੋਇਆ, ਜੇ ਗੰਨੇ ਛੰਨੇ ਚੂਪਣੇ ਹੋਣੇ ਤਾਂ ਆ ਜਾਵਿਆ। ਮਸੇਰੋ ਤੁਸੀਂ ਵੇਖ ਸਕਦੇ ਨੇ ਪਿੱਛੇ ਕਿੱਡਾ ਰੋਮੈਂਟਿਕ ਸੀਨ ਬਣਿਆ ਹੋਇਆ, ਤੁਸੀਂ ਆ ਵੇਖ ਸਕਦੇ ਨੇ। ਇੱਥੇ ਜਿਸ ਟਾਈਮ ਬੰਦਾ ਸੁਬਹਾ ਸੁਬਹਾ ਜੱਟ ਵੀਰਾ ਆਉਂਦੇ ਜਿਸ ਟਾਈਮ ਪੱਠੇ ਵੱਢਣ ਆਉਂਦੇ ਨੂੰ, ਅਤੇ ਉਹਨਾਂ ਨੇ ਤਾਂ ਵੈਸੇ ਹੀ ਵਰਜਿਸ਼ ਹੋ ਜਾਂਦੀ ਹੋਣੀ ਹੈ ਕਿ ਨਹੀਂ? ਹੋਰ ਫਿਰ ਮਸੇਰੋ ਸੁਣਾ ਤੁਸੀਂ ਕਿੱਦਾਂ ਨੇ, ਕਿਸ ਤਰੀਕੇ ਹੀ ਨੇ? ਮਸੇਰੋ ਆਹ ਹੁਣ ਪੱਠਿਆਂ ਦੀ ਮੈਂ ਲੜਾਈ ਹੋਈ ਖੜੀ ਆ, ਇੱਕ ਆਉਂਦਾ ਮੈਂ ਉਦੋਂ ਵੱਢ ਲੈਣਾ, ਦੂਜਾ ਆਉਂਦਾ ਮੈਂ ਇਦੋਂ ਵੱਢ ਲੈਣਾ, ਇੱਕ ਆਉਂਦਾ ਅਸੀਂ ਇਕੱਠਿਆਂ ਨਹੀਂ ਵਾਹ, ਦੂਜਾ ਵੇਖੋ ਆ ਕਿਵੇਂ ਗੌਰ ਕਿਵੇਂ ਦਾ ਪਿਆ ਵੇਖੋ।
ਮੈਂ ਸਿਰ ਆ ਵੇਖੋ ਆ ਓ ਓ ਓ ਵੇਖ ਰਹੇ ਨਾ ਮਸੇਰੋ ਤੁਸੀਂ ਹੋਰ ਮਸੇਰੋ ਤੁਸੀਂ ਸੁਣਾ ਤੁਸੀਂ ਕਿੱਦਾਂ ਨੇ ਓ ਵੇਖੋ ਲੈ ਉਹਦੇ ਇਸ਼ਤਾਨ ਵੀ ਨਾਜ਼ਿਲ ਹੋ ਗਏ ਨੇ ਤੇ ਇਹ ਜਨਾਬ ਜੇ ਅਸੀਂ ਆਰਮੀ ਵਾਲੇ ਬੰਦੇ ਕੋਲ ਚਾਰਾ ਕਟਵਾ ਰਹੇ ਹਾਂ ਤੇ ਇਹਨਾਂ ਨੂੰ ਵੱਲ ਸਿਖਾ ਰਹੇ ਹਾਂ ਕਿ ਹੋ ਸਕਦਾ ਇਹਨਾਂ ਨੂੰ ਵੱਲ ਬੋਲ ਨਾ ਜਾਵੇ ਤੇ ਸ਼ਾਇਦ ਹੋ ਸਕਦਾ ਅੰਧਾ ਨਾ ਹੋਵੇ ਤੇ ਅੱਜ ਆਰਮੀ ਵਾਲੇ ਬੰਦੇ ਕੋਲ ਅਸੀਂ ਪੱਠੇ ਵਟਾ ਰਹੇ ਹਾਂ ਤੇ ਤੁਸੀਂ ਵੇਖ ਲਿਆ ਕਿ ਪੱਠੇ ਆਰਮੀ ਵਾਲਾ ਬੰਦਾ ਵੜ ਰਿਹਾ ਠੀਕ ਹੈ ਤੇ ਹੁਣ ਮੈਂ ਚੱਲਿਆ ਘਰ ਕਿਉਂਕਿ ਮੈਂ ਤਾਂ ਜਾਣਾ ਡਿਊਟੀ 'ਤੇ ਤਾਂ ਮਿਹਨਤ ਹੋ ਰਹੀ ਹੈ ਲੇਟ ਹੋ ਤੇ ਇਹਨਾਂ ਨੂੰ ਮੈਂ ਆਖਿਆ ਤੁਸੀਂ ਪੱਠੇ ਛੱਠੇ ਵੱਢੋ ਮਸੇਰੋ ਅਤੇ ਵੱਢ ਕੇ ਫਿਰ ਆ ਜਾਵਿਆ ਵੀ ਆਪਾਂ ਫਿਰ ਹੌਲੀ ਹੌਲੀ ਰਲਕਦੇ ਜਾਂਦੇ ਅਤੇ ਨਾਲੇ ਗੱਲਾਂ ਕਰਦੇ ਜਾਂਦੇ ਹਾਂ ਅਤੇ ਨਾਲੇ ਨਾ ਇਸ ਦੇ ਵਿੱਚ ਮੈਂ ਇੱਕ ਹੋਰ ਗੱਲ ਕਰਨੀ ਆਈ ਜਿਹੜਾ ਤੁਹਾਨੂੰ ਵੀ ਪਤਾ ਕਿ ਬੜਾ ਅਜੀਬ ਓ ਗਰੀਬ ਜਿਹਾ ਵਾਕਿਆ ਯਾਰ ਪੇਸ਼ ਆਇਆ ਅਤੇ ਹੋ ਸਕਦਾ ਤੁਹਾਨੂੰ ਪਤਾ ਵੀ ਹੋਵੇ ਲੇਕਿਨ ਮੈਂ ਇਤਨੀ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਬਾਵਲਪੁਰ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ ਇੱਕ ਵਾਕਿਆ ਪੇਸ਼ ਆਇਆ ਜਿਹਦੇ ਵਿੱਚ ਇੱਕ ਉਹ ਜਿਹੜਾ ਸਕਿਉਰਟੀ ਅਫੀਸਰ ਆ ਉਹਨੇ ਜਨਾਬ ਉਹਦੇ ਕੋਲੋਂ ਕੋਈ ਨਾ ਜੇਬਾਂ ਵੀਡੀਓ ਸ਼ੀਡੀਓ ਜਿਹੜੀਆਂ ਉਹ ਨਿਕਲੀਆਂ ਅਤੇ ਕੋਈ ਪਤਾ ਨਹੀਂ ਹੋਰ ਕੀ ਉੱਦਾਂ ਦਾ ਡਰੱਗਸ ਡਰੁਗਸ ਦਾ ਸਿਸਟਮ ਜਿਹਾ ਨਿਕਲਿਆ ਬਾਕੀ ਤੁਸੀਂ ਗੱਲਾਂ ਸੁਣੀਆਂ ਹੀ ਹੋਣੀਆਂ ਨੇ ਕਿਉਂਕਿ ਤੁਸੀਂ ਵੀ ਸੋਸ਼ਲ ਮੀਡੀਆ ਦੇ ਨਾਲ ਜਿਹੜੇ ਜੁੜੇ ਹੋਏ ਨੇ ਅਤੇ ਸਾਰੀਆਂ ਗੱਲਾਂ ਕਰਨੀਆਂ ਫਿਰ ਚੰਗੀਆਂ ਵੀ ਨਹੀਂ ਆਉਂਦੀਆਂ ਨਾ ਮੈਂ ਸਿਰਫ ਇਤਨੀ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਹੁਕਮਰਾਨ ਹੈ ਉਹਨਾਂ ਤਾਂ ਕੋਈ ਜਨਾਬ ਉਸ 'ਤੇ ਐਕਸ਼ਨ ਸ਼ੈਕਸ਼ਨ ਵੀ ਨਹੀਂ ਲਿੱਤਾ ਨਾ ਕੋਈ ਸਾਡਾ ਵਜ਼ੀਰ ਆਜ਼ਮ ਬੋਲਿਆ ਨਾ ਕੋਈ ਵਜ਼ੀਰ ਆਲਾ ਸਾਹਿਬ ਹੋਰੀ ਜਿਹੜੇ ਹਨ ਉਹਨਾਂ ਕੋਈ ਨੋਟਿਸ ਲਿਆ ਨਾ ਕੋਈ ਸੋਸ਼ਲ ਮੀਡੀਆ 'ਤੇ ਉਸ ਗੱਲ ਨੂੰ ਲੈ ਕੇ ਆਉਂਦਾ ਇਹਨੇ ਠੀਕ ਹੈ ਭਈਆ ਇੱਦਾਂ ਦਾ ਮਾਮਲਾ ਹੋਇਆ ਜਾਂ ਇੱਦਾਂ ਹੋਇਆ ਬਸ ਇੱਕ ਵਾਰ ਜੀਓ ਨਿਊਜ਼ 'ਤੇ ਮੈਂ ਇੱਕ ਥੋੜ੍ਹੀ ਜਿਹੀ ਐਵੇਂ ਪੱਟੀ ਜਿਹੀ ਵੇਖੀ ਆਈ ਉਸ ਤੋਂ ਬਾਅਦ ਉਹ ਮਾਮਲਾ ਵੈਸੇ ਉਹਨਾਂ ਰਫਾ ਦਫਾ ਕਰਤਾ ਕੈਬੋ ਸ਼ੈਬ ਕਰ ਦਿੱਤਾ ਅਤੇ ਮੈਂ ਤਾਂ ਇਹ ਸਿਰਫ ਗੱਲ ਕਰਨਾ ਚਾਹੁੰਦਾ ਮਸੇਰੋ ਕਿ ਇਹ ਸਾਡੇ ਵਾਸਤੇ ਲੰਮਾ ਫਿਕਰੀਆ ਹੈ ਲੰਮਾ ਇਲਮੀਆ ਹੈ ਕਿ ਸਾਡੀਆਂ ਬੱਚੀਆਂ ਦੀਆਂ ਇੱਜ਼ਤਾਂ ਕਿਤੇ ਵੀ ਨਹੀਂ ਮਹਿਫੂਜ਼ ਹਨ ਯਾਰ ਵੇਖੋ ਨਾ ਯੂਨੀਵਰਸਿਟੀ ਇੱਕ ਮਦਰੱਸਾ ਸਮਝੋ ਕਿ ਮਦਰੱਸਾ ਉੱਥੇ ਮਤਲਬ ਕਿ ਆ ਕੇ ਬੱਚੀਆਂ ਜਿਹੜੀਆਂ ਤਲੀਮ ਹਾਸਿਲ ਕਰਦੀਆਂ ਨੇ ਲੇਕਿਨ ਉੱਥੋਂ ਦੇ ਜਿਹੜੇ ਇੱਦਾਂ ਦੇ ਦਰਿੰਦੇ ਉਹਨਾਂ ਨੂੰ ਹਿਰਾਸਾ ਕਰਕੇ ਕਿੱਦਾਂ ਕਿੱਦਾਂ ਦੇ ਯਾਰ ਅੱਲਾ ਮਾਫ਼ ਕਰੇ ਉਹਨਾਂ ਕੋਲੋਂ ਯਾਰ ਗਲਤ ਇਸਤੇਮਾਲ ਕਰਕੇ ਅਤੇ ਉਹਨਾਂ ਨੂੰ ਮਾਰਕਸ ਦਿੰਦੇ ਨੇ ਮੈਂ ਤਾਂ ਇਤਨਾ ਹੀ ਕਹਿਣਾ ਚਾਹੁੰਦਾ ਕਿ ਜਿਹੜਾ ਕੋ ਐਜੂਕੇਸ਼ਨ ਸਿਸਟਮ ਹੈ ਇਹਨੇ ਖਤਮ ਕਰ ਦੇਣਾ ਚਾਹੀਦਾ ਮੁੰਡੇ ਅਲੱਗ ਉਹਨਾਂ ਦਾ ਕੈਂਪਸ ਹੋਣ ਅਤੇ ਕੁੜੀਆਂ ਦੇ ਅਲੱਗ ਹੋਣ ਕੁੜੀਆਂ ਨੂੰ ਪੜ੍ਹਾਉਣ ਵਾਸਤੇ ਲਿਆਦਾ ਉਹਨਾਂ ਨੇ ਮਤਲਬ ਕਿ ਜਿਹੜਾ ਹੈ ਟੀਚਿੰਗ ਸਟਾਫ ਜਿਹੜਾ ਉਹ ਵੀ ਔਰਤਾਂ ਦਾ ਹੀ ਹੋਣਾ ਚਾਹੀਦਾ ਕਿ ਮੁੰਡਿਆਂ ਵਾਸਤੇ ਮਰਦਾਂ ਦਾ ਹੋਣਾ ਚਾਹੀਦਾ ਆ ਕੋ ਐਜੂਕੇਸ਼ਨ ਜਿੱਦਾਂ ਦਾ ਸਿਸਟਮ ਆਇਆ ਨਾ ਇਹਨੇ ਤਾਂ ਜਨਾਬ ਫਾਦ ਕੇ ਬੇੜਾ ਹੀ ਕਰਾ ਕਰ ਸਟਿਆ ਅਤੇ ਇਹ ਕੋਈ ਜੋ ਸਿਸਟਮ ਜਿਹੜਾ ਨਾ ਇਹ ਖਤਮ ਕਰਵਾਉਣਾ ਚਾਹੀਦਾ ਖਤਮ ਹੋਣਾ ਚਾਹੀਦਾ ਅਤੇ ਜੇ ਇਹ ਕੋ ਐਜੂਕੇਸ਼ਨ ਸਿਸਟਮ ਇੱਦਾਂ ਹੀ ਰਿਹਾ ਤਾਂ ਫਿਰ ਇੱਦਾਂ ਦੇ ਮਾਮਲਾਤ ਹੋਣ ਦੇ ਰਹਿਣੇ ਇਹ ਨਹੀਂ ਖਤਮ ਹੋਣੇ ਨੂੰ ਉਹ ਤੁਸੀਂ ਵੇਖ ਸਕਦੇ ਨੇ ਇਹ ਸਾਡੇ ਪਿੰਡ ਦੇ ਵਿੱਚ ਇੱਕ ਸਾਈਡ 'ਤੇ ਨਵਾਂ ਘਰ ਬਣਿਆ ਅਤੇ ਉਹਨਾਂ ਜਨਾਬ ਬੜਾ ਹੀ ਪਿਆਰਾ ਬਣਾਇਆ ਮਤਲਬ ਕਿ ਜਿੱਦਾਂ ਕਿ ਸ਼ਹਿਰ ਦੇ ਵਿੱਚ ਕੋਠੀ ਨਹੀਂ ਪਈ ਹੁੰਦੀ ਹੈ ਤੁਸੀਂ ਵੇਖਦੇ ਹੋ ਸੋ ਇੱਦਾਂ ਉਹਨਾਂ ਕੋਠੀ ਟਾਈਪ ਕੋਠੀ ਬਣਾਈ ਹੈ ਬੜਾ ਹੀ ਪਿਆਰਾ ਉਹਨਾਂ ਘਰ ਬਣਾਇਆ ਮਸੇਰਾ ਹੁਣ ਮੈਂ ਚੱਲ ਜਾਂਦਾ ਪਿਆ ਘਰ ਉਹ ਅਤੇ ਮੈਂ ਨਾ ਪਿੰਡ ਦੇ ਬਸ ਬੜਾ ਹੀ ਲੱਗ ਆ ਗਿਆ ਤੁਸੀਂ ਵੇਖ ਸਕਦੇ ਨੇ ਆਹ ਮੇਰਾ ਪਿੰਡ ਹੈ ਇਹਦੇ ਮੈਂ ਬੜਾ ਹੀ ਲੱਗ ਆ ਗਿਆ ਲੇਕਿਨ ਪਿੰਡ ਦੇ ਵਿੱਚ ਮੈਂ ਜ਼ਿਆਦਾ ਵੀਡੀਓ ਨਹੀਂ ਸ਼ੂਟ ਕਰਦਾ ਤੁਹਾਨੂੰ ਪਤਾ ਜਿਹੜੇ ਪਿੰਡਾਂ ਵਾਲੇ ਬੰਦੇ ਹੁੰਦੇ ਨਾ ਉਹ ਬਸ ਇੱਦਾਂ ਹੀ ਐਵੇਂ ਹੀ ਫਿਰ ਗੱਲਾਂ ਕਰੋ ਆ ਵੇਖੋ ਨਾ ਇਹਨੂੰ ਕਿਹੜੇ ਝਾਹ ਝੜ ਗਿਆ ਅਤੇ ਮੋੜਨਾ ਮੈਂ ਇਸ ਵਜ੍ਹਾ ਤੋਂ ਨਾ ਪਿੰਡ ਦੇ ਵਿੱਚ ਵੀਡੀਓ ਹੀ ਨਹੀਂ ਸ਼ੂਟ ਕਰਦਾ ਬਾਹਰ ਜਾਂਦਾ ਬਾਹਰ ਜਾ ਕੇ ਵੀਡੀਓ ਸ਼ੂਟ ਕਰਦਾ ਅਤੇ ਹੁਣ ਮੈਂ ਚੱਲਾਂ ਅਤੇ ਮੈਨੂੰ ਦਿਓ ਤੁਸੀਂ ਇਜਾਜ਼ਤਾਂ ਅਤੇ ਅੱਲਾ ਨਹੀਂ ਗੇ ਬਾਹਰ